ਸ਼ਕਲ ਜੀ ਲਹਿਰਾ ਸਾਹਿਬ ਜਿਹਨਾਂ ਨੇ ਵੈਲਕਮ ਕੀਤਾ ਸਾਡੇ ਅੱਜ ਦੀ ਮੀਟਿੰਗ ਮਾਨ ਸ਼੍ਰੀ ਮਨੀਸ਼ ਤਿਵਾੜੀ ਜੀ ਮੈਂਬਰ ਆਫ ਪਾਰਲੀਮੈਂਟ ਔਰ ਮੈਂ ਬੇਨਤੀ ਕਰਨਾ ਸਾਡੇ ਪਿੰਡ ਦੇ ਸਰਪੰਚ ਚੰਡਾਵਰਦਾਰ ਸਰਪੰਚ ਕਰਨਦੇਵ ਜੀ ਐਨ ਜੀ ਉਹ ਵੀ ਜ਼ਰੂਰ ਦੋ ਮਿੰਟ ਲਈ ਹਾਜ਼ਰੀ ਕਾਮ ਲਿਆ ਕੇ ਅੱਜ ਦੇ ਮੁੱਖ ਅਤਿਥੀ ਸਾਡੇ ਮੈਂਬਰਾਂ ਪਾਰਲੀਮੈਂਟ ਵਾਲ ਸਾਹਿਬ ਜੀ ਲਾਲੋਂ ਦੇ ਨਾਲ ਆਏ ਨੇ ਸਵਾਗਤ ਕਰਦਾ ਜੀ ਆਇਆ ਕਹਿੰਦਾ ਮੇਰੇ ਪਿੰਡ ਦੇ ਅੰਦਰ ਇਹਨਾਂ ਦੇ ਆਉਣ ਦਾ ਪਹਿਲੀ ਵਾਰ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਕਦਮ ਰੱਖਿਆ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਆਭਾਰੀ ਹਾਂ ਜਿਹਨਾਂ ਨੇ ਦਿੱਲੀ ਦੇ ਵਿੱਚ ਵੀ ਜਾ ਕੇ ਧੋਮਾ ਪਾਈਆਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਲਈ ਭਗਵਾਨ ਵੱਲੋਂ ਮੰਨਦਾ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਸ ਪਿੰਡ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਪਿਆਰ ਰੱਖਣ ਦੀ ਕੋਸ਼ਿਸ਼ ਕਰ ਬਾਕੀ ਮੇਰੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਆਏ ਹੋਏ ਮਿੱਤਰ ਸਾਹਿਬਾਨ ਭੈਣਾਂ ਬੀਬੀਆਂ ਬੱਚੇ ਜਿਹਨਾਂ ਨੇ ਪਾਰਟੀਸਪੇਟ ਵੀ ਕਰਨਾ ਹੈ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਅੱਜ ਗੰਭੀਰਪੁਰ ਦੇ ਵਿੱਚ ਆ ਕਰਕੇ ਇਹ ਧੁੰਮਾਂ ਨੂੰ ਪਾਉਣ ਦੇ ਵਿੱਚ ਸਹਿਯੋਗ ਕੀਤਾ ਤੇ ਨਾਲ ਨਾਲ ਮੇਰੇ ਪਿੰਡ ਦੀ ਪੰਚਾਇਤ ਦੇ ਵੱਲੋਂ ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਯੂਥ ਕਲੱਬ ਸਾਡਾ ਕਾਫੀ ਤਰੱਕੀਆਂ ਤੇ ਹੈ ਤਰੱਕੀਆਂ ਵਾਲੇ ਕੰਮ ਵੀ ਕਰ ਰਹੇ ਹਨ ਜਗ੍ਹਾ ਜਗ੍ਹਾ ਤੋਂ ਇਹਨਾਂ ਨੇ ਅਲੱਗ ਅਲੱਗ ਜਗ੍ਹਾ ਤੋਂ ਟਰੋਫੀਆਂ ਲਿਆ ਕਰਕੇ ਆਏ ਹੈ ਜਿੱਤ ਕੇ ਆਏ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਇਹ ਮਾਹੌਲ ਪਹਿਲੀ ਵਾਰ ਬਣਿਆ ਹੈ ਇਹਨੂੰ ਬਣਾਉਣ ਦੇ ਵਿੱਚ ਸਹਿਯੋਗ ਕੀਤਾ ਹੈ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਅਕਸ਼ਰ ਸਿੰਘ ਜੀ ਨੇ ਮੈਂ ਡਾਕਟਰ ਅਕਸ਼ਰ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਪਿੰਡ ਦੇ ਵਿੱਚ ਐਸੀ ਐਸੀ ਸ਼ਖਸੀਅਤ ਵੀ ਹੈ ਜਿਹਨਾਂ ਦਾ ਤਾਲਮੇਲ ਥੱਲੇ ਤੋਂ ਲੈ ਕੇ ਉੱਪਰ ਤੱਕ ਬਣਾਇਆ ਗਿਆ ਮੈਂ ਡਾਕਟਰ ਅਕਸ਼ਰ ਜੀ ਨੂੰ ਅਤੇ ਆਹ ਸਾਡੇ ਜਿਹੜੇ ਕਾਰਿਆਤਾ ਨੇ ਨਾਲ ਹੋ ਕੇ ਉਹਨਾਂ ਦਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੈ ਹਿੰਦ ਧੰਨਵਾਦ ਔਰ ਸਪੈਸ਼ਲ ਥੈਂਕਸ ਸਾਡੇ ਵਿਕਾਸ ਜੀ ਵੀ ਸਾਡੇ ਦੁਆਰਾ ਪੁੱਜ ਗਏ ਹੈ ਬੇਨਤੀ ਹੈ ਪ੍ਰੈਸ ਕਲੱਬ ਸ਼੍ਰੀ ਆਨੰਦਪੁਰ ਸਾਹਿਬ ਤੋਂ ਪ੍ਰੈਸ ਕਲੱਬ ਨੰਗਲ ਸਾਰੇ ਕਲੱਬ ਮੈਂਬਰ ਸਾਡੇ ਪ੍ਰੈਸ ਕਲੱਬ ਦੇ ਪਲੀਜ਼ ਕਾਇੰਡਲੀ ਆਪਾਂ ਚੇਅਰ ਲੈ ਲਈਏ ਅੱਗੇ ਆ ਜੀ ਸੈਂਟਰ ਦੇ ਵਿੱਚ ਜੀ ਸਿੰਘ ਸਾਹਿਬ ਸੈਂਟਰ 'ਚ ਆ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸਰਪੰਚ ਸਾਹਿਬ ਕਮਲਦੇਵ ਜੀ ਜਿਹਨਾਂ ਨੇ ਘੱਟ ਸ਼ਬਦਾਂ ਦੇ ਵਿੱਚ ਸਾਰੀ ਸੰਗਤ ਨੂੰ ਔਰ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਜੀ ਨੂੰ ਵੈਲਕਮ ਕਿਹਾ ਔਰ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਗ੍ਰੇਟ ਲੀਡਰਸ਼ਿਪ ਦੇ ਗ੍ਰੇਟ ਵਾਰੀਅਰ ਸਾਡੇ ਸਰਦਾਰਯੋਗ ਸਤਿਕਾਰਯੋਗ ਸਰਦਾਰ ਰਾਜ ਸਿੰਘ ਜੀ ਜੋ ਕਿ ਸਾਬਕਾ MC ਨੰਗਲ ਪਲੀਜ਼ ਕਾਇੰਡਲੀ ਉਹ ਵੀ ਆਪਣੀ ਹਾਜ਼ਰੀ ਜ਼ਰੂਰ ਲਾਉਂਗੇ ਆ ਕੇ ਮਾਈਕ ਦੇ
ਪਲੀਜ਼ ਕਾਇੰਡਲੀ ਆ ਜਾਣ ਜੀ, ਇੱਕ ਵਾਰ ਤਾੜੀ ਮਾਰ ਦਿਓ ਰਾਜ ਸਿੰਘ ਜੀ ਦੇ ਨਾਮ ਤੇ ਜੀ। ਸਭ ਤੋਂ ਪਹਿਲਾਂ ਅਪਰ ਗੰਭੀਰਪੁਰ ਦੇ ਸਾਰੀ ਪੰਚਾਇਤ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਹਨਾਂ ਬੱਚਿਆਂ ਦੀ ਮੈਰਾਥਨ ਦੌੜ ਵਾਸਤੇ। ਇਹਦੇ ਵਿੱਚ ਤਿੰਨ ਕੈਟਾਗਰੀਜ ਵਾਸਤੇ ਇਸ ਪਿੰਡ ਦੇ ਵਿੱਚ ਡਾਕਟਰ ਅਕਸ਼ੇ ਸ਼ਰਮਾ ਜੀ ਔਰ ਉਹਨਾਂ ਦੀ ਟੀਮ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੀ ਹੈ ਔਰ ਬਾਰ ਬਾਰ ਇੱਕੋ ਗੱਲ ਸੀ ਵੀ ਮਨੀਸ਼ ਜੀ ਇੱਥੇ ਆ ਜਾਣ। ਅੱਜ ਮਨੀਸ਼ ਤਿਵਾੜੀ ਜੀ ਨੇ ਇਸ ਫੰਕਸ਼ਨ ਦੇ ਵਿੱਚ ਆ ਕੇ ਇਸ ਗੰਭੀਰਪੁਰ ਪਿੰਡ ਦੀ ਪੰਚਾਇਤ ਔਰ ਸਾਰੀ ਜਨਤਾ ਦਾ ਇੱਕ ਮਾਣ ਰੱਖਿਆ ਹੈ ਕਿਉਂਕਿ ਇਹਨਾਂ ਦੇ ਕੋਲ ਵਕਤ ਵੀ ਇੰਨਾ ਕੀ ਸੀ ਜਿਹਦੇ ਵਿੱਚੋਂ ਵਕਤ ਕੱਢ ਕੇ ਇੱਥੇ ਅੱਜ ਆਏ ਹਨ ਔਰ ਮੈਂ ਆਸ ਕਰਦਾ ਹਾਂ ਇਹ ਬੱਚੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਗੇ। ਜੈ ਹਿੰਦ। ਹੋਰ ਤੁਸੀਂ ਸਾਡੇ ਅੱਜ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਯੂਥ ਵਿੰਗ ਵੀ ਧੜਕਣ ਸਰਦਾਰ ਗੁਰਿੰਦਰ ਸਿੰਘ ਜੀ ਢਿੱਲੋਂ ਸਾਹਿਬ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਸਾਡੇ ਸਵਾਗਤ ਦੀ ਜੂਰੀ ਵਿੱਚ ਬਹੁਤ ਬਹੁਤ ਧੰਨਵਾਦ। ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਕਾਸ ਠਾਕੁਰ ਜੀ ਇੱਕ ਵਾਰ ਤਾੜੀਆਂ ਮਾਰ ਦੀਏ ਦੇਵ ਭੂਮੀ ਹਿਮਾਚਲ ਦੀ ਵੱਡੀ ਸ਼ਖਸੀਅਤ ਸਾਡੇ ਵਿਕਾਸ ਠਾਕੁਰ ਜੀ ਉਹ ਵੀ ਸਾਡੇ ਕੋਲ ਪੁੱਜੇ ਹੋਏ ਜੀ ਆਇਆਂ ਨੂੰ ਆਖਦੇ ਹਾਂ ਸਾਡੀ ਅਪਰ ਜ਼ਿਲ੍ਹਾ ਕਿਉਂਕਿ ਬਾਰਡਰ ਦੇ ਪਿੰਡਾਂ ਦੇ ਕਰੀ ਗੱਲ ਕਰੀਏ ਸਾਡੇ ਵਿਕਾਸ ਠਾਕੁਰ ਜੀ ਸਾਡੇ ਕੋਲ ਪਹੁੰਚਿਆ ਹੈ ਮੋਸਟ ਵੈਲਕਮ ਜੀ ਆਇਆਂ ਨੂੰ। ਅੱਜ ਸ਼ਹੀਦਾਂ ਦਿਵਸ ਦਾ ਫੰਕਸ਼ਨ ਸਪੋਰਟਸ ਕਲੱਬ ਵੈਲਫੇਅਰ ਕਲੱਬ ਅਪਰ ਜ਼ਿਲ੍ਹਾ ਦੇ ਵਿੱਚ ਵੱਡਾ ਜਿਹੜਾ ਪ੍ਰਬੰਧ ਕੀਤਾ ਸਾਡੇ ਕਲੱਬ ਦੇ ਮੈਂਬਰ ਔਰ ਸਾਡੇ ਡਾਕਟਰ ਅਕਸ਼ੇ ਸ਼ਰਮਾ ਜੀ ਔਰ ਜਿੱਥੇ ਵੱਖ ਵੱਖ ਬੁਲਾਰੇ ਵੱਖ ਵੱਖ ਤਰ੍ਹਾਂ ਦੀ ਸੋਚ ਲੈ ਕੇ ਸਾਡੇ ਕੋਲ ਪੁੱਜੇ ਹੈ ਔਰ ਮੈਂ ਬੇਨਤੀ ਕਰਦਾ ਮੇਰੇ ਪਿੰਡ ਤੋਂ ਸਰਦਾਰ ਰਵਨੀਤ ਸਿੰਘ ਜੀ ਪਿੰਡ ਗੱਜਪੁਰ ਬੇਲਾ ਸਾਡੀ ਲੀਡਰਸ਼ਿਪ ਦੇ ਇਹ ਵੀ ਗ੍ਰੇਟ ਵਾਰੀਅਰ ਹੈ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਵੀ ਸਾਡੀ ਕਮਾਨ ਸੰਭਾਲੀ ਹੈ ਔਰ ਮੈਂ ਬੇਨਤੀ ਕਰਦਾ ਸਰਦਾਰ ਰਘਵੀਰ ਸਿੰਘ ਜੀ ਗੱਜਪੁਰ ਕਲਿਪਿਆ ਉਹ ਵੀ ਆ ਕੇ ਸੰਗਤ ਨਾਲ ਸਾਥ ਪਾਉਣਗੇ ਸਰਦਾਰ ਔਰ ਸਾਡੇ ਪਿੰਡ ਚੰਦਪੁਰ ਤੋਂ ਸੰਜੀਵ ਪਿੰਡ ਜੀ ਆਪਣੇ ਨੌਜਵਾਨਾਂ ਦੇ ਕਾਫਲੇ ਨਾਲ ਲੈ ਕੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਸਾਡੇ ਸੰਜੀਵ ਪਿੰਡ ਜੀ ਸਾਡੇ ਜਿਹੜੇ ਕਿ ਡਿਸਟ੍ਰਿਕਟ ਰੋਪੜ ਦੇ ਯੂਥ ਵਿੰਗ ਦੀ ਧੜਕਣ ਹੈ ਸੰਜੀਵ ਪਿੰਡ ਜੀ ਆਪਣੇ ਕਾਫਲੇ ਨਾਲ ਪੁੱਜੇ ਆ ਮੋਸਟ ਵੈਲਕਮ ਜੀ ਆਇਆਂ ਨੂੰ ਔਰ ਬੇਨਤੀ ਆ ਸਰਦਾਰ ਰਘਵੀਰ ਸਿੰਘ ਜੀ ਗੱਜਪੁਰ ਪਲੀਜ਼ ਕਾਇੰਡਲੀ ਇਹ ਵੀ ਸੰਗਤ ਦੇ ਨਾਲ ਜ਼ਰੂਰ ਸਾਂਝ ਪਾਉਣਗੇ ਆ ਕੇ ਬਹੁਤ ਬਹੁਤ ਧੰਨਵਾਦ ਸੈਕਟਰੀ ਸਾਹਿਬ। ਮੈਂ ਅੱਜ ਡਾਕਟਰ ਅਕਸ਼ੇ ਸ਼ਰਮਾ ਜੀ ਨੂੰ ਉਹਨਾਂ ਦੇ ਪਿੰਡ ਅਪਰ ਗੰਭੀਰਪੁਰ ਦੇ ਵਿੱਚ ਆ ਰੌਣਕਾਂ ਜਿਹੜੀਆਂ ਅੱਜ ਅਸੀਂ ਇੱਕ ਸਾਲ ਪਹਿਲਾਂ ਕਹਿ ਲਓ ਕਿ ਰਾਹੁਲ ਜੀ ਦੇ ਫੰਕਸ਼ਨ ਦੇ ਵਿੱਚ ਦੇਖੀਆਂ ਸੀ ਅੱਜ ਮੈਨੂੰ ਇੱਥੇ ਦਿਖ ਰਹੀਆਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਨੌਜਵਾਨਾਂ ਨੂੰ ਇਸ ਰਾਹ ਦੇ ਵਿੱਚ ਲਾਉਣ ਵਾਸਤੇ ਡਾਕਟਰ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਹੈਗਾ ਉਹ ਬਹੁਤ ਸ਼ਲਾਘਾਯੋਗ ਹੈ। ਸਮੂਹ ਪੰਚਾਇਤ ਸਰਪੰਚ ਸਾਹਿਬ ਮੇਰੇ ਦੋਸਤ ਵਕੀਲ ਸ਼ਰਮਾ ਜੀ ਵਕੀਲ ਸਾਹਿਬ ਰਾਜ
ਸਿੰਘ ਜੀ, ਪ੍ਰਤਾਪ ਸੈਣੀ ਜੀ, ਔਰ ਸਾਡੇ ਇਲਾਕੇ ਦੇ ਸਾਡੇ ਇਲਾਕੇ 'ਚ ਸਾਡੇ ਪੜੋਸੀ ਰਾਜ ਤੋਂ ਠਾਕੁਰ ਸਾਹਿਬ ਆਏ ਨੇ। ਇਹ ਯੂਥ ਕਾਂਗਰਸ ਦੇ ਵਿੱਚ ਇਹ ਵੀ ਕਾਫੀ ਐਕਟਿਵ ਰਹੇ ਨੇ। ਇਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਵੀ ਰਹੇ ਨੇ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਜਿਹੜਾ ਇਹ ਉਤਸਵ ਇਹ ਤਿਉਹਾਰ ਇਹ ਰੰਗਾ ਰੰਗ ਪ੍ਰੋਗਰਾਮ ਜਾਂ ਕਹਿ ਲਓ ਕਿ ਇੱਕ ਸੋਚ ਜਿਹੜੀ ਇਹ ਡਾਕਟਰ ਅਕਸ਼ੇ ਸ਼ਰਮਾ ਨੇ ਔਰ ਜਿਹੜੇ ਯੂਥ ਕਲੱਬ ਨੇ ਸਾਡੇ ਨੌਜਵਾਨਾਂ ਨੂੰ ਦਿੱਤੀ ਹੈ, ਮੈਂ ਸਮਝਦਾ ਨੌਜਵਾਨਾਂ ਨੂੰ ਤਾਂ ਐਮ ਪੀ ਸਾਹਿਬ ਇੱਕ ਛੋਟੀ ਜਿਹੀ ਲਾਈਟ ਦੀ ਜ਼ਰੂਰਤ ਹੁੰਦੀ ਹੈ, ਸਪਾਰਕ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਤੁਸੀਂ ਰਸਤਾ ਉਹਨਾਂ ਨੂੰ ਦਿਖਾ ਦਿਓਗੇ ਉਹ ਉਸੇ ਰਾਹ 'ਤੇ ਚੱਲਣ ਲਈ ਤਿਆਰ ਹੋ ਜਾਣਗੇ। ਮੈਂ ਤੁਹਾਨੂੰ ਆਪਣੇ ਦਿਲੋਂ ਧੰਨਵਾਦ ਕਰਦਾ ਹੋਇਆ ਇੱਕ ਵਾਰ ਫਿਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਮੈਨੂੰ ਆਪਣੇ ਜਵਾਨੀ ਦੇ ਦਿਨ ਯਾਦ ਆ ਰਹੇ ਨੇ ਜਦੋਂ ਮੈਂ ਵੀ ਰਾਜੀਵ ਜੀ ਦੇ ਨਾਲ ਇੱਕ ਇਸ ਤਰ੍ਹਾਂ ਦੀ ਮੇਰੀ ਡਿਊਟੀ ਲੱਗੀ ਸੀ ਮਨੀਸ਼ ਜੀ, ਲਖੀਮਪੁਰ ਜ਼ਿਲ੍ਹਾ ਯੂਪੀ 'ਚ। ਏਸ਼ੀਆ ਤੋਂ ਬਾਅਦ 83 'ਚ ਮੈਂ ਉੱਥੇ ਡਿਪਲਾਇਡ ਸੀਗਾ, ਮੈਂ ਉੱਥੇ ਪਲਿਆਡ ਕਰਾਈ ਸੀਗੀ। ਬਿਲਕੁਲ ਇਸੇ ਤਰ੍ਹਾਂ ਦਾ ਮਾਹੌਲ ਮੈਂ ਉਸ ਤਰ੍ਹਾਂ ਦਾ ਉੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਡਾਕਟਰ ਅਕਸ਼ੇ ਸ਼ਰਮਾ ਨੂੰ, ਉਹਨਾਂ ਦੇ ਸਾਥੀਆਂ ਨੂੰ, ਆ ਮੇਰੇ ਸਾਥੀ ਮੇਰੇ ਨਾਲ ਦੇ ਪਿੰਡ ਤੋਂ ਸੰਦੀਪ ਪੰਡਿਤ ਜੀ ਆਏ ਨੇ, ਔਰ ਨੌਜਵਾਨ ਜਿਤਨੇ ਵੀ ਇੱਥੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਔਰ ਮੈਂ ਗੁਜ਼ਾਰਿਸ਼ ਕਰਦਾ ਹਾਂ ਵੱਧ ਤੋਂ ਵੱਧ ਇਹ ਸੋਚ ਤੁਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਦਿਓ, ਆਪਣੀ ਆਗਤ ਨੂੰ ਦਿਓ, ਤਾਂ ਕਿ ਉਹ ਸਹੀ ਰਸਤੇ ਤੇ ਸਹੀ ਸੋਚ ਨਾਲ ਇਸ ਸਮਾਜ ਨੂੰ, ਇਸ ਦੇਸ਼ ਨੂੰ ਅੱਗੇ ਵਧਾ ਸਕਣ। ਮੈਂ ਬਹੁਤ ਧੰਨਵਾਦ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਇਹ ਸਮਾਂ ਅੱਜ ਗੁਜ਼ਰ ਰਿਹਾ ਹੈ, ਇਸ ਸਮੇਂ ਨੂੰ ਅਗਰ ਤੁਸੀਂ ਪਿਛਲੇ ਕੁਛ ਸਾਲਾਂ ਦਾ ਵਕਫਾ ਦੇਖੋਗੇ ਤੇ ਜਿਹੜੇ ਸਾਡੇ ਨੌਜਵਾਨ ਅੱਜ ਸਾਡੇ 'ਚ ਬੈਠੇ ਨੇ, ਖੜੇ ਨੇ, ਸੋਚ ਰਹੇ ਹੋਣਗੇ ਵੀ ਸਾਨੂੰ ਕੋਈ ਰਸਤਾ ਦਿਖਾਉਣ ਵਾਲਾ ਨਹੀਂ ਦਿਖਿਆ, ਸਾਨੂੰ ਕੋਈ ਸੇਧ ਨਹੀਂ ਦਿੱਤੀ। ਉਹ ਕੁਛ ਗੱਲਾਂ ਸਾਡੇ ਬਜ਼ੁਰਗ ਜਿਹੜੇ ਜਿਤਨੇ ਵੀ ਲੀਡਰ ਜਾਂ ਕੋਈ ਲੀਡਰ ਸਾਹਿਬਾਨ ਜਾਂ ਕੋਈ ਸਾਡੇ ਆਗੂ ਹੁੰਦੇ ਹਨ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਹੈ। ਪਰ ਕੁਛ ਸਮੇਂ ਤੋਂ ਲਾਰਿਆਂ ਦੀ ਸਿਰਫ ਗੱਲ ਚੱਲਦੀ ਆ ਰਹੀ ਹੈ, ਲਾਰੇ ਹੀ ਲਾ ਕੇ, ਚਾਹੇ ਉਹ ਨੌਕਰੀਆਂ ਦੇ ਲਾਰੇ ਹੋਣ, ਚਾਹੇ ਉਹ ਤੁਹਾਨੂੰ ਕਿਸੇ ਨਾ ਕਿਸੇ ਪੜ੍ਹਾਈ ਦੇ ਵਿੱਚ ਕਿਤੇ ਅੱਗੇ ਵਧਾਉਣ ਦੀ, ਸਿੱਖਿਆ ਦੇ ਲਾਰੇ ਹੋਣ, ਚਾਹੇ ਕੋਈ ਵਿਕਾਸ ਦੇ ਲਾਰੇ ਹੋਣ, ਇਹ ਲਾਰਿਆਂ ਦੀ ਸਰਕਾਰ ਅੱਜ ਤੋਂ ਲਗਭਗ 10 ਸਾਲ ਪਹਿਲਾਂ ਵੀ 2014-19 'ਚ 14 'ਚ ਔਰ 19 'ਚ ਆਈ ਹੈ, ਔਰ ਇਸੇ ਤਰ੍ਹਾਂ ਸਾਡੇ ਪੰਜਾਬ 'ਚ ਵੀ ਹੁਣ ਪਿਛਲੇ 1.5 ਸਾਲ ਤੋਂ ਪਹਿਲਾਂ ਆਈ ਹੈ। ਜਦ ਤੱਕ ਅਸੀਂ ਇਹ ਲਾਰੇ ਜਾਂ ਇਹਨਾਂ ਦੀ ਸੋਚ
ਜਾਂ ਇਹਨਾਂ ਦੇ ਰਸਤਿਆਂ ਤੇ ਚੱਲਣ ਦੀ ਦੇਖੀ ਜਾਵਾਂਗੇ ਤਾਂ ਅਸੀਂ ਭੜਕ ਜਾਵਾਂਗੇ। ਮੈਂ ਤੁਹਾਨੂੰ ਬਿਲਕੁਲ ਕਲੀਅਰ ਦੱਸ ਦਿੰਦਾ, ਅੱਜ ਤੇ ਕੱਲ ਸਮਾਂ ਬਿਲਕੁਲ, ਜਿਹੜੇ ਅੱਜ ਅਸੀਂ ਫੰਕਸ਼ਨ ਕਰ ਰਹੇ ਹਾਂ, ਅੱਜ ਉਤਸਾਹ ਮਨਾ ਰਹੇ ਹਾਂ, ਅਸੀਂ ਅੱਜ ਆਪਣੇ ਨੌਜਵਾਨਾਂ ਨੂੰ ਕੋਈ ਸੋਚ ਜਾਂ ਸੇਧ ਦੇ ਰਹੇ ਹਾਂ, ਇਹ ਸਾਡੇ ਕੋਲੋਂ ਆਉਣ ਵਾਲੇ ਸਮੇਂ 'ਚ ਨਹੀਂ ਹੋਣ ਦੇਣੇ ਇਹਨਾਂ ਨੇ, ਕਿਉਂਕਿ ਇਹਨਾਂ ਦੀ ਸੋਚ ਹੀ ਇੱਕ ਪਾਸੇ ਦੀ ਹੈ, ਸਿਰਫ ਧਰਮ ਦੀ, ਮਾਤਰ ਧਰਮ ਦੀ। ਧਰਮ ਦੇ ਨਾਲ ਮੈਂ ਕਹਿੰਦਾ ਤੁਸੀਂ ਅਗਰ ਅੰਮ੍ਰਿਤਸਰ ਗਏ ਹੋਵੋ, ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਸੀਂ ਦੇਖੋ, ਅਗਰ ਹਰਿਮੰਦਰ ਸਾਹਿਬ ਦੇ ਤੁਸੀਂ ਅੰਦਰ ਬੈਠੇ ਹੋ, ਹਰਿਮੰਦਰ ਸਾਹਿਬ ਦੇ ਤੁਸੀਂ ਅੰਦਰ ਬੈਠੇ ਹੋ ਤਾਂ ਤੁਹਾਨੂੰ ਤਖ਼ਤ ਸਾਹਿਬ ਦਿਖਾਈ ਨਹੀਂ ਦੇਗਾ। ਬੜੇ ਸੋਚਣ ਵਾਲੀ ਗੱਲ ਹੈ, ਉਸ ਆਰਕੀਟੈਕਟ ਨੇ ਜਾਂ ਸਾਡੇ ਉਸ ਧਰਮ ਗੁਰੂਆਂ ਨੇ ਬੜੀ ਸੋਚ ਸਮਝ ਕੇ ਇਹ ਸਾਰਾ ਦ੍ਰਿਸ਼ ਬਣਾਇਆ ਔਰ ਸਾਡੀ ਜੀਵਨ ਦੇ ਵਿੱਚ ਢਾਲਣ ਵਾਸਤੇ ਸਾਨੂੰ ਕਿਹਾ ਹੈਗਾ। ਹਰਿਮੰਦਰ ਸਾਹਿਬ 'ਚ ਬੈਠ ਕੇ ਤੁਸੀਂ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ ਉਹਨੂੰ, ਪਰ ਅਗਰ ਤੁਸੀਂ ਤਖ਼ਤ ਸਾਹਿਬ ਬੈਠੇ ਹੋ ਤਾਂ ਸਾਹਮਣੇ ਤੁਹਾਨੂੰ ਹਰਿਮੰਦਰ ਸਾਹਿਬ ਦਿਖਾਈ ਦੇਗਾ। ਮੇਰੇ ਕਹਿਣ ਦਾ ਭਾਵ ਹੈ ਧਰਮ ਔਰ ਰਾਜਨੀਤੀ ਦੋਨੋਂ ਅਲੱਗ ਚੀਜ਼ਾਂ ਨੇ। ਅਗਰ ਤੁਸੀਂ ਰਾਜਨੀਤੀ ਕਰ ਰਹੇ ਹੋ ਤਾਂ ਤੁਹਾਨੂੰ ਧਰਮ ਤੋਂ ਡਰਨਾ ਚਾਹੀਦਾ ਹੈ। ਅਗਰ ਤੁਸੀਂ ਧਾਰਮਿਕ ਹੋ ਤਾਂ ਤੁਹਾਨੂੰ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਚਾਹੀਦਾ। ਪਰ ਇੱਥੇ ਤਾਂ ਕਹਿੰਦੇ ਆ, ਮੈਂ ਇੱਕ ਗੱਲ ਕਹੂੰਗਾ, ਸ਼ਰਮ ਵੀ ਆਉਂਦੀ ਹੈ ਸਾਨੂੰ, ਇਹਨਾਂ ਨੇ ਤਾਂ ਸਾਨੂੰ ਵੱਡੀਆਂ 'ਚ ਪਾ ਦਿੱਤਾ। ਬਹੁਤ ਵਧੀਆ ਦੋ ਲਾਈਨਾਂ ਕਿਸੇ ਨੇ ਕਹੀਆਂ ਨੇ, ਮੰਦਿਰ ਮਸਜਿਦ ਗੁਰਦੁਆਰੋ ਮੈਂ ਬਾਂਟ ਦਿਆ ਭਗਵਾਨ ਕੋ, ਧਰਤੀ ਬਾਟੀ ਸਾਗਰ ਬਾਟਾ, ਮਤ ਬਾਟੋ ਇਨਸਾਨ ਕੋ, ਮਤ ਬਾਟੋ ਇਨਸਾਨ ਕੋ। ਮੈਂ ਤੁਹਾਨੂੰ ਇੱਥੇ ਬ੍ਰੇਕ ਲਾਉਂਦਾ ਇਸ ਚੀਜ਼ ਦੀ, ਵੀ ਅੱਜ ਜ਼ਰੂਰਤ ਹੈ ਸਾਨੂੰ ਆ ਖੇੜੇ ਮਨਾਉਣ ਦੀ। ਅਗਰ ਇਹ ਖੇੜੇ ਮਨਾਉਣੇ ਆ ਤੇ ਸਾਡਾ ਹੁਣ ਸਮਾਂ ਜਿਹੜਾ ਇਹ ਲੰਘ ਰਿਹਾ, ਇੱਥੇ ਸਾਡੇ ਪੰਚਾਇਤ ਦੇ, ਸਮਿਤੀ ਦੇ, ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਾਂ ਦਾ ਵੀ ਸਮਾਂ ਆਉਣਾ ਹੈਗਾ। ਇਸ ਤੋਂ ਬਾਅਦ ਸਾਡੇ ਪਾਰਲੀਮੈਂਟ ਦਾ ਵੀ ਸਮਾਂ ਆਉਣਾ, ਪਾਰਲੀਮੈਂਟ ਇਲੈਕਸ਼ਨ ਵੀ ਹੋਣੇ ਨੇ। ਪਰ ਅਗਰ ਕਿਤੇ ਇਹਨਾਂ ਦੀ ਸੋਚ ਦੇ ਮੁਤਾਬਕ ਤੁਸੀਂ ਫਿਰ ਦੁਬਾਰਾ ਇਹਨਾਂ ਨੂੰ ਹੀ ਲੈ ਕੇ ਆ ਗਏ ਤਾਂ ਸਾਨੂੰ ਇਹ ਖੇੜੇ ਮਨਾਉਣ ਦਾ ਮੌਕਾ ਨਹੀਂ ਲੱਗਣਾ, ਸਾਨੂੰ ਡੈਮੋਕ੍ਰੇਸੀ 'ਤੇ ਪਹਿਰਾ ਦੇਣਾ ਪੈਣਾ ਹੈਗਾ। ਮੈਂ ਉਸੇ ਡੈਮੋਕ੍ਰੇਸੀ ਦੀ ਗੱਲ ਕਰਦਾ ਜਿਹੜੀ ਡੈਮੋਕ੍ਰੇਸੀ ਦੀ ਗੱਲ ਸਾਡਾ ਇਹ ਨੌਜਵਾਨ ਹੀਰਾ ਜਿਹੜਾ ਹਿੰਦੁਸਤਾਨ ਦੇ ਵਿੱਚ ਜਦ 2019 ਦੇ ਚੁਣਾਵ ਹੋਏ ਸੀ, ਕਈਆਂ ਨੇ ਕਿਸਮਤਾਂ ਅਜ਼ਮਾਈਆਂ ਸੀ, ਪਰ ਕਾਂਗਰਸ ਦੇ ਵਿੱਚ ਉਹ 52 ਹੀਰੇ ਜਿਹਨਾਂ 'ਚੋਂ ਇੱਕ ਸੀਟ ਜਲੰਧਰ ਦੀ ਅਸੀਂ ਖੋ ਬੈਠੇ ਹਾਂ, 52 ਹੀਰਿਆਂ 'ਚੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੇਰਾ ਇਹ ਹੀਰਾ ਮਨੀਸ਼ ਤਿਵਾਰੀ ਬੈਠਾ ਹੈ ਤੁਹਾਡੇ ਵਿੱਚ। ਇਹਨਾਂ ਸਾਡੇ ਹਲਕੇ ਦੀ ਨਹੀਂ, ਸਾਡੇ ਪੰਜਾਬ ਦੀ ਨਹੀਂ, ਦੇਸ਼ ਹਿੰਦੁਸਤਾਨ ਦੀ ਸਰਹੱਦਾਂ ਦੀ ਗੱਲ ਵੀ ਕੀਤੀ ਹੈ, ਡੈਮੋਕ੍ਰੇਸੀ ਦੀ ਗੱਲ ਵੀ ਕੀਤੀ ਹੈ ਔਰ ਹਰ ਵਰਗ ਦੀ ਗੱਲ ਕੀਤੀ ਹੈ। ਆ ਪਿੱਛੇ ਜੇ
ਮੈਨੂੰ ਯਾਦ ਅਸੀਂ ਪਨਾਮ ਗਏ ਸੀਗੇ, ਪਨਾਮ ਦੇ ਵਿੱਚ ਉੱਥੇ ਚੌਧਰੀ ਭਗਤ ਰਾਮ ਜੀ ਨੇ ਮਾਈਨਿੰਗ ਦੀ ਗੱਲ ਕੀਤੀ ਸੀ। ਮੈਂ ਬਹੁਤ ਧੰਨਵਾਦੀ ਹਾਂ ਪੀ ਸਾਹਿਬ ਤੁਹਾਡਾ, ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੰਤਰੀ ਨੂੰ ਮਜਬੂਰ ਕਰ ਦਿੱਤਾ ਵੀ ਵਿਦਆਊਟ ਦੀ ਕੰਸੈਂਟ ਆਫ ਪੰਚਾਇਤ ਤੁਸੀਂ ਮਾਈਨਿੰਗ ਨਹੀਂ ਕਰ ਸਕਦੇ। ਜਦ ਤੱਕ ਸਾਡੇ ਸਰਪੰਚ ਸਾਹਿਬ ਇਜਾਜ਼ਤ ਨਹੀਂ ਦੇਣਗੇ ਤੁਸੀਂ ਮਾਈਨਿੰਗ ਨਹੀਂ ਕਰ ਸਕਦੇ। ਮੈਂ ਤੁਹਾਡਾ ਧੰਨਵਾਦੀ ਹਾਂ ਐਮਪੀ ਸਾਹਿਬ, ਤੁਸੀਂ ਇਹ ਜ਼ਿਕਰ ਉੱਤੇ ਕੀਤਾ ਔਰ ਮੰਤਰੀ ਨੂੰ ਜਵਾਬ ਦੇਣਾ ਪਿਆ ਉਸ ਚੀਜ਼ ਦਾ। ਮੈਂ ਅੱਜ ਉਸੇ ਮਨੀਸ਼ ਤਿਵਾਰੀ ਜੀ ਦੀ ਤੁਹਾਡੇ ਨਗਰ ਅਪਰ ਗੰਭੀਰ ਵਿੱਚ ਹਾਜ਼ਰੀ ਨੂੰ ਸਵਾਗਤ ਕਰਦਾ, ਉਹਨਾਂ ਦਾ ਇੱਥੇ ਧੰਨਵਾਦ ਕਰਦਾ ਔਰ ਮੈਂ ਦਾਅਵੇ ਨਾਲ ਕਹਿੰਦਾ ਇਹੋ ਜਿਹਾ ਮੈਂਬਰ ਆਫ ਪਾਰਲੀਮੈਂਟ ਤੁਹਾਨੂੰ ਲੱਭਣਾ ਨਹੀਂ ਨਾ ਹੀ ਮਿਲਣਾ, ਕਿਉਂਕਿ ਮੇਰਾ ਤਾਂ 40-42 ਸਾਲ ਪਹਿਲਾਂ ਦਾ ਇਹਨਾਂ ਨਾਲ ਵਾਸਤਾ ਸੀ, ਯੂਥ ਕਾਂਗਰਸ 'ਚ ਇਕੱਠੇ ਨਾਲ ਕੰਮ ਕੀਤਾ ਹੈਗਾ। ਮੈਂ ਇਹ ਵੀ ਤੁਹਾਨੂੰ ਆਉਣ ਵਾਲੇ ਸਮਝ ਕਈ ਗੱਲਾਂ ਚੱਲਦੀਆਂ ਆ ਰਹੀਆਂ ਨੇ, ਕਈ ਗੱਲਾਂ ਆਪਸ ਦੇ ਵਿੱਚ ਸੱਥਾਂ ਦੇ ਵਿੱਚ ਵੀ ਹੁੰਦੀਆਂ ਨੇ, ਪਰ ਮੈਂ ਤੁਹਾਨੂੰ ਇੱਕ ਚੀਜ਼ ਦਾਅਵੇ ਨਾਲ ਕਹਿ ਦਿੰਦਾ, ਪਾਰਲੀਮੈਂਟ 'ਚ ਜਿਹੜਾ ਸਭ ਤੋਂ ਵੱਧ ਇੰਟਲੈਕਚੁਅਲ ਉਸ ਮੰਤਰੀ ਨੇ ਮੈਨੂੰ ਯਾਦ ਹੈ ਇਹ ਵੀ ਕਿਹਾ ਸੀਗਾ ਇੰਟਲੈਕਚੁਅਲ, ਔਰ ਉਹ ਬਾਅਦ 'ਚ ਬੋਲਿਆ ਨਹੀਂ ਮਨੀਸ਼ ਜੀ ਇੱਥੇ ਹੋਰ ਵੀ ਇੰਟਲੈਕਚੁਅਲ ਬੈਠੇ ਨੇ, ਪਰ ਤੁਸੀਂ ਇੰਟਲੈਕਚੁਅਲ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਔਰ ਵਕੀਲ ਵੀ ਹੈ, ਇਹਨਾਂ ਦੀ ਸੋਚ ਨੂੰ ਇਹਨਾਂ 'ਤੇ ਪਰਖ ਨੂੰ ਦੇਖਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਨੇ ਮਲਿਕਾ ਅਰਜੁਨ ਖੜਕੇ ਜੀ ਦਾ ਧੰਨਵਾਦ ਕਰਦਾ, AICC ਦਾ ਮੈਂ ਧੰਨਵਾਦ ਕਰਦਾ, ਉਹਨਾਂ ਨੇ ਮਲਿਕਾ ਅਰਜੁਨ ਖੜਕੇ ਜੀ ਨੇ, ਸੋਨੀਆ ਜੀ ਨੇ, ਰਾਹੁਲ ਜੀ ਨੇ ਔਰ ਪ੍ਰਿਯੰਕਾ ਜੀ ਨੇ ਇਹਨਾਂ ਨੂੰ ਕਾਂਗਰਸ ਦੀ ਆਲਾ ਕਮੇਟੀ, ਕਾਂਗਰਸ ਦੀ ਵਰਕਿੰਗ ਕਮੇਟੀ ਵਿੱਚ ਪਰਮਾਨੈਂਟ ਇਨਵਾਈਟੀ ਬਣਾਇਆ। ਔਰ ਮੈਂ ਇਹ ਸਿਰਫ ਮਨੀਸ਼ ਜੀ ਨੂੰ ਧੰਨਵਾਦ ਨਹੀਂ ਕਰਦਾ ਪਿਆ, ਸਾਡੇ ਮਨੀਸ਼ ਜੀ ਉੱਥੇ ਮੈਂਬਰ ਬਣੇ ਇਸ ਕਰਕੇ ਨਹੀਂ, ਪਰ ਮੈਂ ਧੰਨਵਾਦ ਸਾਡੇ ਸ਼ਹਿਰ ਦਾ ਵੀ ਹੈਗਾ, ਧੰਨਵਾਦ ਸਾਡੇ ਹਲਕੇ ਦਾ ਵੀ ਹੈ, ਮਾਣ ਸਾਡੇ ਅਨੰਦਪੁਰ ਸਾਹਿਬ ਹਲਕੇ ਦਾ ਵੀ ਹੋਇਆ। ਇਸ ਕਰਕੇ ਮੈਂ ਤੁਹਾਡੇ ਸਾਰਿਆਂ ਅੱਗੇ ਗੁਜ਼ਾਰਿਸ਼ ਕਰਾਂਗਾ ਵੀ ਸਮਾਂ ਤਾਂ ਅੱਜ ਇਸ ਲਈ ਗੱਲ ਕਰਨ ਦਾ ਲੱਗਦਾ ਨਹੀਂ, ਕਿਉਂਕਿ ਸਾਰੇ ਨੌਜਵਾਨ ਆਪਣੇ ਉਸ ਮਜ਼ਲ ਵੱਲ ਜਿਹੜੀ 5 ਕਿਲੋਮੀਟਰ ਦੀ ਇਹਨਾਂ ਨੇ ਯਾਤਰਾ ਕਰਨੀ ਹੈ, ਦੌੜ ਲਗਾਉਣੀ ਹੈ, ਉਹਦੇ ਵੱਲ ਸਾਰੇ ਰੁੱਝੇ ਹੋਏ ਨੇ। ਪਰ ਫਿਰ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਾਂਗਾ, ਇਸ ਮਨੀਸ਼ ਤਿਵਾਰੀ ਤੋਂ ਤੁਸੀਂ ਕਿਤੇ ਵਾਂਝੀ ਨਾ ਰਹਿ ਜਾਇਓ। ਕਿਸੇ ਨੇ ਪੁੱਛਿਆ ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਵੀ ਜੇ ਮਨੀਸ਼ ਤਿਵਾਰੀ ਆ ਗਏ ਤਾਂ ਇੱਥੇ ਇੰਡਸਟਰੀ ਲਾ ਜਾਓ, ਇੰਡਸਟਰੀਆਂ ਵੀ ਲੱਗੂ, ਸਰਕਾਰ ਤਾਂ ਬਣ ਦਿਓ ਸਾਡੀ, ਚਾਹੇ ਇੰਡੀਆ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਇਕੱਲੀ ਸਰਕਾਰ ਹੋਵੇ, ਇਹ ਮੰਤਰੀ ਹੋਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਨੌਜਵਾਨਾਂ ਨੂੰ ਫਿਰ ਮੈਂ ਇੱਕ ਵਾਰੀ ਹੌਸਲਾ ਅਫਸਾਈ ਉਹਨਾਂ ਦੀ ਕਰਦਾ, ਉਹਨਾਂ ਦਾ ਧੰਨਵਾਦ ਕਰਦਾ, ਤੁਹਾਡੇ ਆਹ ਯੂਥ ਕਲੱਬ ਦਾ, ਡਾਕਟਰ ਅਕਸ਼ਰ ਜੀ ਦਾ, ਸਰਪੰਚ ਸਾਹਿਬ ਦਾ, ਲੰਬੜਦਾਰ ਦਾ, ਬਹੁਤ ਬਹੁਤ ਧੰਨਵਾਦ। ਜੈ ਹਿੰਦ, ਵੰਦੇ ਮਾਤਰਮ। ਬਹੁਤ ਜ਼ੋਰਦਾਰ ਤਾੜੀਆਂ ਮਾਰ ਦਿਓ, ਕਿਉਂਕਿ ਜਿਹੜੀ ਘੱਟ ਸਮੇਂ ਸਪੀਚ ਤੁਹਾਨੂੰ ਦੱਸੀ ਹੈ ਇਹ ਬਿਲਕੁਲ ਕਹਿਣੀ ਅਤੇ ਕਰਨੀ ਦੇ ਪੱਕੇ ਦੀਆਂ ਗੱਲਾਂ ਚੱਲਦੀਆਂ, ਕਿਉਂਕਿ ਮੇਰੇ ਬੇਲਿਆਂ ਦੇ ਪਿੰਡ ਭਾਵੇਂ ਚੰਦਪੁਰ, ਗੱਜਪੁਰ, ਹਰੀਵਾਲ, ਉਧਰ ਨੂਰਪੁਰ ਬਲੋਕ ਤੋਂ ਸਾਡੇ ਮੈਂਬਰ ਆਏ ਹੈ ਕਲੱਬਾਂ ਦੇ, ਸਾਡੇ ਕਲੱਬਾਂ ਦੇ ਵਿੱਚ ਮੇਰੇ ਪਿੰਡ ਦੇ ਲਾਗੇ ਲਾਗੇ 40-45 ਕਲੱਬ ਜਿੱਥੇ ਮੁੰਡਿਆਂ ਨੂੰ ਸੋਹਣਾ ਸਰੀਰ ਬਣਾਉਣ ਦੇ ਲਈ ਜਿੰਮਾਂ ਵੀ ਦਿੱਤੀਆਂ। ਔਰ ਜਿਹੜੀ ਗੱਲ ਕਹੀ ਹੈ MP ਸਾਹਿਬ ਨੇ ਉਹ ਸਾਡੇ ਇਲਾਕੇ 'ਚ, ਸਾਡੇ ਬੇਲਿਆਂ 'ਚ, ਸਾਡੇ ਰੋਪੜ ਜ਼ਿਲ੍ਹੇ 'ਚ ਕੀਤੀ ਹੈ, ਆਪਣੀ ਪੂਰੀ ਕਰਾਸੀ ਚੌਂਸੀ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਜਿਹਨਾਂ ਨੂੰ ਮਿਲੀ ਹੈ, ਪਰ ਸਮਾਂ ਘੱਟ ਹੈ,
ਸੋ ਇਹਨਾਂ ਦੀਆਂ ਉਪਲਬਧੀਆਂ ਸਾਡੇ ਏਰੀਏ ਦੇ ਵਿੱਚ ਜ਼ਿਆਦਾ ਹੈ ਔਰ ਅਗਲੇ ਜਿਹੜੇ ਬੁਲਾਰੇ ਹੋਣਗੇ ਸਾਡੇ ਬਹੁਤ ਹੀ ਸਜਮੋਰ ਨੇ ਸਾਡੇ ਸੈਣੀ ਸਾਹਿਬ ਪ੍ਰਤਾਪ ਸੈਣੀ ਜੀ ਨੰਗਲ ਤੋਂ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿੰਨੇ ਤਸੱਦਦਾਂ ਦੇ ਨਾਲ ਆਪਣੇ ਨੰਗਲ ਏਰੀਏ ਨੂੰ ਆਪਣੇ ਰੋਪੜ ਜ਼ਿਲ੍ਹੇ ਨੂੰ ਸਾਂਭ ਕੇ ਰੱਖਿਆ ਬੇਨਤੀ ਹੈ ਸਾਡੇ ਪ੍ਰਤਾਪ ਸੈਣੀ ਜੀ ਉਹ ਵੀ ਆਪਣੀ ਸਾਂਝ ਪਾਉਣ ਦੇ ਲਈ ਦਰਸ਼ਕਾਂ ਦੇ ਨਾਲ ਸਾਡੀ ਸੰਗਤ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਸਾਡੇ ਨੌਜਵਾਨ ਸਾਥੀ ਉਹਨਾਂ ਨੂੰ ਜ਼ਰੂਰ ਦੱਸਣਗੇ ਸਾਡੀਆਂ ਜਿਹੜੀਆਂ ਉਪਲਬਧੀਆਂ ਨੇ ਔਰ ਜਿਹੜੇ ਸਾਨੂੰ ਕਸ਼ਟ ਆਏ ਹੈ ਤੇ ਅਸੀਂ ਜਿਹੜੇ ਕੰਮ ਕੀਤੇ ਆ ਸਾਡੇ ਪ੍ਰਤਾਪ ਸੈਣੀ ਜੀ ਪਲੀਜ਼ ਕਾਇੰਡਲੀ ਬਹੁਤ ਹੀ ਸਤਿਕਾਰਯੋਗ ਗਰੀਬਾਂ ਮਜ਼ਦੂਰਾਂ ਤੇ ਮਿਹਨਤ ਕਸ਼ਟ ਕਿਸਾਨਾਂ ਦੇ ਦਿਲਾਂ ਦੀ ਧੜਕਣ ਬਹੁਤ ਹੀ ਇਮਾਨਦਾਰ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਹੋਰ ਸ਼ਬਦ ਵਰਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਏਗੀ ਤੁਹਾਡੇ ਵਿੱਚ ਬਿਰਾਜਮਾਨ ਨੇ ਹਿੰਦੁਸਤਾਨ ਦੀ ਆਵਾਜ਼ CWC ਦੇ ਮੈਂਬਰ ਫੋਰਮਰ ਮਿਨਿਸਟਰ ਭਾਰਤ ਸਰਕਾਰ ਸ਼੍ਰੀ ਮਨੀਸ਼ ਤਿਵਾੜੀ ਜੀ ਤੁਹਾਡੇ ਵਿੱਚ ਬਿਰਾਜਮਾਨ ਨੇ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਸ਼੍ਰੀ ਰਾਜ ਸਿੰਘ ਜੀ ਨੰਗਲ ਡਾਕਟਰ ਅਕਸ਼ਰ ਜੀ ਜਿਨ੍ਹਾਂ ਦੇ ਉੱਦਮ ਸਦਕਾ ਜਿਨ੍ਹਾਂ ਦੀ ਮਿਹਨਤ ਔਰ ਪਿਆਰ ਸਦਕਾ ਤੁਸੀਂ ਅੱਜ ਸਾਰੇ ਨੌਜਵਾਨ ਵੀਰ ਭੈਣਾਂ ਬਜ਼ੁਰਗ ਇੱਥੇ ਇਕੱਠੇ ਹੋਏ ਹੋ ਮੰਚ 'ਤੇ ਬੈਠੇ ਨੇ ਲੰਬੜਦਾਰ ਸਾਹਿਬ ਜੀ ਸਰਦਾਰ ਗੁਰਬੀਰ ਸਿੰਘ ਸੀ ਗੱਜਪੁਰ ਮੇਰੇ ਸਾਥੀ ਜਿੰਨੇ ਵੀ ਬੈਠੇ ਨੇ ਮੈਂ ਲਾਵਾ ਨਾਲ ਚੱਕਰ 'ਚ ਪੈ ਗਿਆ ਤਾਂ ਮੇਰਾ ਖਿਆਲ ਸਮਾਂ ਜ਼ਿਆਦਾ ਲੱਗ ਜਾਣਾ MP ਸਾਹਿਬ ਦੇ ਨਾਲ ਆਏ ਨੇ ਪਵਨ ਦੀਵਾਨ ਜੀ ਜੋ ਇੰਡਸਟਰੀ ਦੇ ਚੇਅਰਮੈਨ ਵੀ ਰਹੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਇਸੇ ਤਰ੍ਹਾਂ ਝੰਡੇ ਨਾਲ ਝੰਡਾ ਚੱਕ ਕੇ ਕਾਂਗਰਸ ਪਾਰਟੀ ਵਿੱਚ ਰੂਹ ਫੂਕਦੇ ਜਾ ਰਹੇ ਨੇ ਮੇਰੇ ਵੀਰੋ ਅੱਜ ਅਸੀਂ ਤੁਹਾਡੀ ਕਚਹਿਰੀ ਵਿੱਚ ਉਸ ਪਾਰਟੀ ਦੇ ਲੀਡਰ ਨੂੰ ਲੈ ਕੇ ਹਾਜ਼ਰ ਹੋਏ ਹਾਂ ਜਿਸ ਪਾਰਟੀ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਔਰ ਉਸ ਆਜ਼ਾਦੀ ਤੋਂ ਬਾਅਦ ਇਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਜਿੱਥੇ ਕੁਰਬਾਨੀ ਦਿੱਤੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕੁਰਬਾਨੀ ਦਿੱਤੀ ਸ਼੍ਰੀ ਰਾਜੀਵ ਗਾਂਧੀ ਜੀ ਨੇ ਕੁਰਬਾਨੀ ਦਿੱਤੀ ਪੰਜਾਬ ਦੇ ਮਸੀਹਾ ਸਰਦਾਰ ਬੇਅੰਤ ਸਿੰਘ ਜੀ ਨੇ ਇੱਥੇ ਹੀ ਬਸ ਨਹੀਂ ਮੈਂ ਹੋਰ ਵੀ ਕਿੰਨੇ ਅਨੇਕਾਂ ਸਾਡੇ ਹਿੰਦੁਸਤਾਨ ਵਾਸੀਆਂ ਨੇ ਖਾਸ ਕਰ ਪੰਜਾਬ ਵਾਸੀਆਂ ਨੇ ਸਾਡੇ ਇਸ ਪੰਜਾਬ ਨੂੰ ਹੱਸਦਾ ਤੇ ਬਸਦਾ ਰੱਖਣ ਲਈ ਕੁਰਬਾਨੀਆਂ ਦਿੱਤੀਆਂ ਮੇਰੇ ਵੀਰੋ ਅੱਜ ਉਸ ਪਾਰਟੀ ਨੇ ਤੁਹਾਨੂੰ ਐਸਾ ਇੱਕ ਕੈਂਡੀਡੇਟ ਜਿਹਦੀਆਂ ਸਭਾਵਾਂ ਤੁਸੀਂ ਪੰਜ ਸਾਲ ਤੋਂ ਦੇਖਦੇ ਆ ਰਹੇ ਹੋ ਜਿਹੜੀ 86 ਤੇ ਬੇਦਾਗ ਚਿੱਟੀ ਚਾਦਰ ਲੈ ਕੇ ਤੁਹਾਡੀ ਕਚਹਿਰੀ 'ਚ 5 ਸਾਲ ਪਹਿਲੇ ਹਾਜ਼ਰ ਹੋਏ ਸਨ ਅੱਜ ਉਹੀ ਚਿੱਟੀ ਤੇ ਬੇਦਾਗ ਚਾਦਰ ਲੈ ਕੇ ਉਹੀ ਚਿੱਟੀ ਤੇ ਬੇਦਾਗ 86 ਡਰੈਸ ਪਾ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਨੇ ਮੇਰੀ ਮੁਰਾਦ ਹੈ ਮਨੀਸ਼ ਤਿਵਾੜੀ ਜੀ ਤੋਂ ਮੇਰੇ ਵੀਰੋ ਤੁਸੀਂ ਬਹੁਤ ਭਾਗਾਂ ਵਾਲੇ ਹੋ ਤੁਹਾਨੂੰ ਬਹੁਤ ਹੀ ਇਮਾਨਦਾਰ ਨਿਧਰਕ ਜਰਨੈਲ ਸਹੀ ਮਿਹਨਤ 'ਚ ਲੋਕਾਂ ਦਾ ਮਸੀਹਾ ਜਿਹਨਾਂ ਲੋਕਾਂ ਨਾਲ ਦਰਦ ਹੋਵੇ ਹਮਦਰਦੀ ਹੋਵੇ ਤੁਹਾਨੂੰ ਐਸਾ ਇੱਕ ਲੀਡਰ ਮਿਲਿਆ ਮੈਂ ਇੱਕ ਪਿੱਛੇ ਵੀ ਕਹਿੰਦਾ ਸੀ ਇਹ ਸਿਰਫ ਇਸ ਕਰਕੇ ਹੈ ਤੁਸੀਂ ਮੇਰੇ ਵੀਰੋ ਭੈਣੋ ਬਜ਼ੁਰਗੋ ਉਸ ਅਨੰਦਪੁਰ ਸਾਹਿਬ ਦੀ ਗੁਰੂਆਂ ਦੀ ਨਗਰੀ ਦੇ ਵਾਸੀ ਹੋ ਤੁਸੀਂ ਉਸ ਮਾਤਾ ਨੈਣਾ ਦੇਵੀ ਦੇ ਚਰਨਾਂ ਦੇ ਵਸਨੀਕ ਹੋ ਇਸ ਕਰਕੇ ਜਿਹੜੀ ਤੁਸੀਂ ਧੂਪ ਬੱਤੀ ਕਰਦੇ ਹੋ ਮਾਤਾ ਨੈਣਾ ਦੇਵੀ ਨੂੰ ਧਿਆਨ ਦਿਓ ਸਿੰਘਾਂ ਸ਼ਹੀਦਾਂ ਨੂੰ ਧਿਆਨ ਦਿਓ ਗੁਰੂ ਮਹਾਰਾਜ ਜੀ ਨੂੰ ਧਿਆਨ ਦਿਓ ਤੁਹਾਡਾ ਜੋਸ ਮਹਾਰਾਜ ਜੀ ਨੇ ਆਵਾਜ਼ ਸੁਣੀ ਹੈ ਨੈਣਾ ਦੇਵੀ ਜੀ ਨੇ ਆਵਾਜ਼ ਸੁਣੀ ਹੈ ਤੁਹਾਨੂੰ ਬਹੁਤ ਹੀ ਇੱਕ ਇਮਾਨਦਾਰ ਹੀਰਾ ਸਹੀ ਮਿਹਨਤ ਤੁਹਾਡਾ ਮਸੀਹਾ ਸ਼੍ਰੀ ਮਨੀਸ਼ ਤਿਵਾੜੀ ਜੀ ਐਜ਼ ਏ ਕੈਂਡੀਡੇਟ ਕਾਂਗਰਸ ਮੈਂਬਰ ਲੋਕ ਸਭਾ ਤੁਹਾਨੂੰ ਭੇਜਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਸ ਵੀਰ ਨੂੰ ਆਪਣੇ ਇਸ ਜਰਨੈਲ ਨੂੰ
ਵੱਧ ਤੋਂ ਵੱਧ ਵੋਟਾਂ ਪਾ ਕੇ ਇੱਕ ਵਾਰੀ ਫੇਰ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਹਿੰਦੁਸਤਾਨ ਦੀ ਆਵਾਜ਼ ਬਣਾ ਕੇ ਉਸ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜੋ। ਜੈ ਹਿੰਦ, ਜੈ ਭਾਰਤ। ਜ਼ੋਰਦਾਰ ਤਾੜੀਆਂ ਮਾਰਦੀਆਂ ਸਰਦਾਰ ਗੁਰਿੰਦਰ ਸਿੰਘ ਜੀ ਢਿੱਲੋਂ, ਸਾਡੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ, ਜਿਹੜੇ ਕਿ ਆਲਵੇ ਸਮਾਈ ਫੋਸੀ ਰਹਿੰਦੇ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਮੋਸਟ ਵੈਲਕਮ ਜੀ ਆਇਆਂ ਨੂੰ। ਇੱਕ ਸੋਚ ਤੋਂ ਸੋਚ ਬਦਲੀ ਤੋਂ ਸਤਾਰੇ ਬਦਲ ਜਾਏਂਗੇ, ਨਜ਼ਰ ਬਦਲੀ ਤੋਂ ਨਜ਼ਾਰੇ ਬਦਲ ਜਾਏਂਗੇ। ਫਿਰ ਹੌਸਲਾ ਤੋਂ ਮੰਜ਼ਰ ਵੀ ਆਏਗਾ, ਪੈਸੇ ਕੇ ਪੈਸ ਸਮੁੰਦਰ ਵੀ ਆਏਗਾ। ਥੱਕ ਨਾ ਬੈਠ, ਇਹ ਮੰਜ਼ਲ ਕੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ ਔਰ ਮਿਲਣੇ ਕਾ ਮਜ਼ਾ ਵੀ ਆਏਗਾ। ਇਹ ਮੰਜ਼ਿਲ ਨੂੰ ਪਾਉਣ ਲਈ ਰਾਤ ਔਰ ਦਿਨ ਰਾਤ ਜਦੋਂ ਜਿਹੜੀ ਜਾਰੀ ਰਹਿੰਦੀ ਹੈ। ਔਰ ਬੇਨਤੀ ਹੈ ਜਿੰਨੇ ਵੀ ਸਾਡੇ 5 ਕਿਲੋਮੀਟਰ ਰੇਸ ਦੇ ਮੇਲ ਔਰ ਫੀਮੇਲ ਸਾਰੇ ਕੈਟਾਗਰੀ ਦੇ ਐਥਲੀਟ ਪਲੀਜ਼ ਗਰਾਊਂਡ ਦੇ ਵਿੱਚ ਆ ਜਾਣ ਜੀ, ਉਹ ਵੈਨੂ ਦੇ ਵਿੱਚ। ਬੇਨਤੀ ਹੈ ਸਾਰੇ ਪਾਰਟੀਸਪੈਂਟ ਜੀ ਰਜਿਸਟ੍ਰੇਸ਼ਨ ਕਰਾ ਲਈ ਹੈ, ਔਰ ਜਿੰਨੇ ਵੀ ਭਰਾ ਮਾਤਾਮਾ ਵੀਰ ਸਾਡੇ ਉੱਪਰ ਖੜੇ ਹੈ, ਆਈਏ ਆਪਾਂ ਡੱਬੇ ਦੇ ਵਿੱਚ ਆ ਜਾਈਏ ਜੀ, ਇੱਥੇ ਵੈਨੂ ਦੇ ਵਿੱਚ। ਐਥਲੀਟ 5 ਕਿਲੋਮੀਟਰ ਰੇਸ ਮੈਨ ਪਲੀਜ਼ ਪਹਿਲੇ ਹੋ ਜਾਣ ਜੀ, ਇੱਕ ਫੋਟੋ ਹੋਣੀ ਹੈ, ਉਸ ਤੋਂ ਬਾਅਦ ਜਿਹੜੀ ਰਨਿੰਗ ਸ਼ੁਰੂ ਹੋਣੀ ਹੈ। 5 ਕਿਲੋਮੀਟਰ ਰੇਸ ਦੇ ਸਾਰੇ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਹੈ ਵਿੱਚ ਅੱਜ ਦੀ ਗਰਾਊਂਡ ਦੇ। ਔਰ ਬਹੁਤ ਬਹੁਤ ਧੰਨਵਾਦ, ਤੁਸੀਂ ਤਾਂ ਚਾਹ ਪਕੌੜਾ ਖਾ ਕੇ ਖਿਸਕ ਗਏ ਹੋ, ਤੇ ਮੈਨੂੰ ਬੇਨਤੀ ਆ ਗਈ ਹੈ ਜਿੰਨੇ ਵੀ ਐਥਲੀਟ ਹੈ 5 ਕਿਲੋਮੀਟਰ ਰੇਸ ਪਾਰਟੀਸਪੇਟ, ਜਿੰਨੀ ਵੀ ਟੀ ਸ਼ਰਟ ਲੈ ਲਈ ਹੈ ਟੀ ਸ਼ਰਟ ਪਾ ਕੇ ਸਾਰੇ ਸਾਡੇ ਵੈਨਿਊ ਦੇ ਵਿੱਚ ਆ ਜਾ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਸ਼ੋਕ ਸ਼ਰਮਾ ਜੀ, ਜਿਹਨੇ ਸਾਡੇ ਅਪਰ ਗੰਭੀਰ ਪਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਸਾਰੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਵੱਡਾ ਉਪਰਾਲਾ ਕੀਤਾ। ਮੈਂ ਬੇਨਤੀ ਕਰਦਾ ਕਿ ਉਹ ਵੀ ਜ਼ਰੂਰ ਆਪਣੇ ਜਿਹੜੇ ਦਿਲ ਦੇ ਬਲਬਲੇ ਹੈ ਜ਼ਰੂਰ ਸਾਂਝ ਪਾਉਣਗੇ। ਸਾਡੀ ਸਮੁੱਚੀ ਗ੍ਰੇਟ ਲੀਡਰਸ਼ਿਪ ਸਟੇਜ ਤੇ ਬੈਠੀ ਹੈ, ਸਾਡੇ ਪੱਤਰਕਾਰ ਸਾਹਿਬਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਜੀਤ ਕੁਮਾਰ ਜੀ ਬਿੱਲਾ, ਉੱਥੇ ਸਾਡੇ ਡਾਕਟਰ ਰਾਮਪਾਲ ਜੀ, ਧਰਮਪਾਲ ਜੀ, ਮਹਿੰਦਰ ਲਾਲ ਜੀ, ਸਰਪੰਚ ਸਾਬਕਾ ਦਵਿੰਦਰ ਆਰਤੀ ਜੀ, ਕੇਸ਼ਵ ਨੰਦ ਜੀ, ਸੁਖਰਾਮ ਜੀ, ਰਾਮ ਕੁਮਾਰ ਜੀ, ਉੱਥੇ ਸਾਡੇ ਬਸੰਤ ਸਿੰਘ ਜੀ, ਸ਼੍ਰੀ ਸਾਲਗਰਾਮ ਜੀ, ਰਾਣਾ ਜੀ, ਸਾਡੇ ਮਿੰਟੂ ਜੀ, ਉੱਥੇ ਪ੍ਰਵੀਨ ਕੁਮਾਰ ਜੀ, ਬਾਬਾ ਬਲਵੀਰ ਜੀ, ਧਨੀ ਰਾਮ ਜੀ, ਅਵਤਾਰ ਸਿੰਘ, ਦੇਵੀ ਦਿਆਲ ਜੀ ਤੇ ਰਾਮਪਾਲ ਬਿੱਟੂ ਜੀ ਡਰਟ ਤੇ ਸਾਡੇ ਮੋਹਨ ਲਾਲ ਜੀ, ਮੋਸਟ ਵੈਲਕਮ। ਤੁਹਾਡੀ ਆਪਣੀ ਲੀਡਰਸ਼ਿਪ, ਤੁਹਾਡੇ ਆਪਣੇ ਗ੍ਰੇਟ ਲੀਡਰ ਜਿਹੜੇ ਸਟੇਜ ਤੇ ਬੈਠੇ ਹੈ, ਔਰ ਮੈਂ ਵੈਲਕਮ ਕਰਦਾ ਸਾਡੇ ਅਪਰ ਜ਼ਿਲ੍ਹਾ ਵਿੱਚ ਪੁੱਜਣ ਤੇ ਸਾਡੇ ਸਮੁੱਚੇ ਕਲੱਬ ਵੱਲੋਂ ਤੇ ਗ੍ਰਾਮ ਪੰਚਾਇਤ ਅਪਰ ਜ਼ਿਲ੍ਹਾ ਵੱਲੋਂ। ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਡੇ ਦਿਨ ਰਾਤ ਨੌਜਵਾਨ ਸਾਥੀਆਂ ਨਾਲ ਖੜੇ, ਭਾਵੇਂ 12 ਵਜੇ ਫੋਨ ਕਰ ਦਈਏ, ਤਾਂ ਵੀ ਕਦੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਬਿਮਾਰ ਹਾਂ ਜਾਂ ਕੁਝ ਵੀ ਹੈ। ਜਦੋਂ ਇਹਨਾਂ ਨੂੰ ਜਿਹੜੀ ਚੀਜ਼ ਲਈ ਕਿਹਾ ਇਹ 24 ਘੰਟਿਆਂ ਦੇ ਵਿੱਚ ਬਿਲਕੁਲ ਹੱਸ ਰਹੇ ਹੈ। ਸਾਡੇ ਡਾਕਟਰ ਅਸ਼ੋਕ ਸ਼ਰਮਾ ਜੀ, ਪਲੀਜ਼ ਕਾਇੰਡਲੀ ਇੱਕ ਵਾਰ ਮਾਈਕ 'ਤੇ ਆ ਕੇ ਜ਼ਰੂਰ ਆਪਣੇ ਜਿਹੜੇ ਦਿਲ ਦੇ ਬਲਬਲੇ ਹੈ ਪੂਰੇ ਇਲਾਕੇ ਦੇ ਨਾਲ ਸਾਡੀ ਲੀਡਰਸ਼ਿਪ ਦੇ ਨਾਲ ਸਾਂਝ ਪਾਉਣਗੇ। ਅੱਜ ਪਿੰਡ ਗੰਭੀਰਪੁਰ ਉੱਪਰਲੇ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਾਡੇ ਇਲਾਕੇ ਦਾ ਮਾਣ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਜੀ, ਉਹਨਾਂ ਦੇ ਨਾਲ ਮੇਰੇ ਵੱਡੇ ਭਰਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਢਿੱਲੋਂ ਜੀ, ਉਹਨਾਂ ਦੇ ਨਾਲ ਸ਼੍ਰੀ ਨੈਣਾ ਦੇਵੀ ਹਲਕੇ ਤੋਂ ਸਾਡੇ ਗੁਆਂਢੀ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਵਿਕਾਸ ਠਾਕੁਰ ਜੀ ਤਿਵਾੜੀ ਸਾਹਿਬ ਦੇ ਨਾਲ ਉਚੇਚੇ ਤੌਰ ਤੇ ਆਏ, ਪੰਜਾਬ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਸ਼੍ਰੀ ਪਵਨ ਦੀਵਾਨ ਜੀ,
ਇਸ ਇਲਾਕੇ ਦੀ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕਾਂਗਰਸ ਪਾਰਟੀ ਦੀ ਟਿਕਟ ਤੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜਿਆ, ਸਰਦਾਰ ਗੁਰਵੀਰ ਸਿੰਘ ਜੀ ਗੱਜਪੁਰ ਨੰਗਲ ਦੀ ਆਵਾਜ਼, ਚਾਹੇ ਨੂਰਪੁਰ ਬੇਦੀ ਹਲਕਾ ਹੋਵੇ, ਮੁਕਾਰੀ ਤੋਂ ਸ਼ੁਰੂ ਹੋ ਕੇ ਮੈਥਪੁਰ ਬੈਰੀਅਰ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਨ ਵਾਲੇ ਸਾਬਕਾ MC ਸ਼੍ਰੀ ਪ੍ਰਤਾਪ ਸੈਣੀ ਜੀ, ਲੰਬੇ ਸਮੇਂ ਤੋਂ ਯੂਥ ਕਾਂਗਰਸ ਤੋਂ ਲੈ ਕੇ MC ਬਣਨ ਤੱਕ, ਉਸ ਤੋਂ ਬਾਅਦ ਅੱਜ ਵੀ ਸਾਡੇ ਵਰਗੇ ਨੌਜਵਾਨਾਂ ਦੇ ਲਈ ਜਿਹੜੇ ਮਿਸਾਲ ਬਣੇ, ਸਰਦਾਰ ਰਾਜ ਸਿੰਘ ਨੰਗਲ ਜੀ ਸਾਬਕਾ MC, ਇਸ ਪਿੰਡ ਦੇ ਸਰਪੰਚ ਸਾਹਿਬ, ਪੰਚਾਇਤ ਮੈਂਬਰ ਲੰਬੜਦਾਰ ਸਾਹਿਬ ਔਰ ਸਾਰੇ ਮੋਹਤਵਰਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਪਿੰਡ ਦੇ ਨੌਜਵਾਨਾਂ ਦਾ ਜਿਹੜਾ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਹੈ ਉਹਦੇ ਪ੍ਰਧਾਨ ਔਰ ਮੈਂਬਰਾਂ ਵੱਲੋਂ ਮੈਂ ਸਾਰੇ ਮਹਿਮਾਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਸਵਾਗਤ ਕਰਦਾ ਔਰ ਤੁਹਾਡਾ ਧੰਨਵਾਦ ਕਰਦਾ। ਸਾਥੀਓ, ਪਿਛਲੇ ਸਾਲ ਇਸੇ ਤਰ੍ਹਾਂ ਦਾ ਇਵੈਂਟ ਅਸੀਂ ਨੰਗਲ ਦੇ ਵਿੱਚ ਕਰਵਾਇਆ ਸੀ। ਬੜੇ ਦੂਰੋਂ ਦੂਰੋਂ ਐਥਲੀਟ ਆਏ ਸੀ, ਲੋਕਾਂ ਨੇ ਪਾਰਟਿਸਪੇਟ ਕੀਤਾ, ਬੜਾ ਅੱਛਾ ਮਾਹੌਲ ਬਣਿਆ। ਤਿਵਾੜੀ ਸਾਹਿਬ, ਅੱਜ ਤੁਹਾਨੂੰ ਇੱਥੇ ਉਚੇਚੇ ਤੌਰ ਤੇ ਪ੍ਰੋਗਰਾਮ ਰੱਖ ਕੇ ਇਸ ਕਰਕੇ ਬੁਲਾਇਆ ਕਿ ਜਿੱਦਾਂ ਬਾਕੀ ਪਿੰਡਾਂ ਦੇ ਵੀ ਆਪਣੇ ਭਾਵ ਤੁਹਾਨੂੰ ਦੱਸਦੇ ਹੈ, ਸਾਡੇ ਪਿੰਡ ਦੀ ਵੀ ਇਹੀ ਤਰਾਸਦੀ ਹੈ ਵੀ ਜਦੋਂ ਦੀ ਆਜ਼ਾਦੀ ਮਿਲੀ ਹੈ, ਸ਼ਾਇਦ ਇੱਕ ਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਦੋਂ MP ਹੁੰਦੇ ਸੀ ਨਵਾਂ ਸ਼ਹਿਰ ਵਾਲੇ, ਉਹ ਜ਼ਰੂਰ ਇੱਥੇ ਆਏ ਹੈ। ਉਸ ਤੋਂ ਇਲਾਵਾ ਤੁਸੀਂ ਇੱਥੇ ਆਏ ਹੋ, ਸਾਡੇ ਲਈ ਬੜੀ ਭਾਗਾਂ ਵਾਲੀ ਗੱਲ ਹੈ। ਅੱਜ ਇਹ ਪ੍ਰੋਗਰਾਮ ਗੰਭੀਰਪੁਰ ਦੇ ਵਿੱਚ ਇਸ ਕਰਕੇ ਅਸੀਂ ਰੱਖਿਆ ਕਿ ਜਿਹੜਾ ਸਾਡਾ ਜਿਹੜਾ ਗੰਭੀਰਪੁਰ ਹੈ, ਢਿੱਲੋਂ ਸਾਹਿਬ ਜਿੱਦਾਂ ਤੁਹਾਡੇ ਨਾਲ ਹੋਇਆ, ਇੱਕ ਪਾਸੇ ਸਪੀਕਰ ਸਾਹਿਬ ਸੀ, ਇੱਕ ਪਾਸੇ ਪਹਿਲਾਂ ਮੰਤਰੀ ਸੀ, ਫਿਰ ਮੁੱਖ ਮੰਤਰੀ ਬਣ ਗਏ। ਜਦੋਂ ਜ਼ਿਲ੍ਹੇ ਨੂੰ ਗ੍ਰਾਂਟ ਪੈਂਦੀ ਸੀ, ਜ਼ਿਆਦਾ ਸਪੀਕਰ ਸਾਹਿਬ ਲੈ ਜਾਂਦੇ ਸੀ, ਬਾਕੀ ਉਹ ਲੈ ਜਾਂਦੇ ਸੀ ਜਿਹੜੇ ਤਿਲ ਫੁੱਲ ਵੱਜਦੇ ਸੀ, ਉਹ ਤੁਹਾਡੇ ਹਿੱਸੇ ਪੈਂਦੇ ਸੀ। ਉਹੀ ਹਾਲ ਗੰਭੀਰਪੁਰ ਦਾ ਹੈ। ਪਹਿਲਾਂ ਤਾਂ 20-25 ਸਾਲ ਸੰਘਰਸ਼ ਚੱਲਿਆ, ਉਸ ਤੋਂ ਬਾਅਦ ਜਦੋਂ ਸਰਕਾਰ ਆਈ, ਇੱਕ ਚੇਅਰਮੈਨ ਇੱਧਰ ਬਹਿ ਗਿਆ, ਇੱਕ ਚੇਅਰਮੈਨ ਇੱਧਰ ਬਹਿ ਗਿਆ, ਜਾਂ ਗ੍ਰਾਂਟ ਇੱਧਰੋਂ ਮੁੜ ਜਾਣੀ ਜਾਂ ਇੱਧਰੋਂ ਮੁੜ ਜਾਣੀ, ਇੱਥੇ ਐਂਟਰ ਹੀ ਨਹੀਂ ਹੋਣ ਦਿੰਦੇ ਸੀ। ਸੋ ਅੱਜ ਉਚੇਚੇ ਤੌਰ ਤੇ ਇਸ ਪਿੰਡ ਦੇ ਵਿੱਚ ਬੁਲਾਉਣ ਦਾ ਮਕਸਦ ਇਹ ਹੈ, ਇੱਕ ਤਾਂ ਜਿਹੜੇ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਹੈ ਉਹਨਾਂ ਦਾ ਜਿਹੜਾ ਧਿਆਨ ਹੈ, ਉਹਨਾਂ ਦੀ ਜਿਹੜੀ ਮੋਟੀਵੇਸ਼ਨ ਹੈ, ਉਹ ਚੰਗੇ ਪਾਸੇ ਲੱਗੇ। ਦੂਜੀ ਗੱਲ, ਜਿਹੜਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਜੋ ਮਾਹੌਲ ਬਣ ਰਿਹਾ, ਇਹ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਉਸ ਮਾਹੌਲ ਨੂੰ ਚੰਗੇ ਪਾਸੇ ਲੈ ਕੇ ਜਾਈਏ। ਇਸ ਉਪਰਾਲਾ ਇਸ ਪਿੰਡ ਦੇ ਵਿੱਚ ਇਸ ਕਰਕੇ ਅਸੀਂ ਰੱਖਿਆ। ਮਾਤਾਵਾਂ ਮੇਰੀ ਪਿੰਡ ਦੀਆਂ ਬੈਠੀਆਂ, ਭੈਣਾਂ ਬੈਠੀਆਂ, ਬਜ਼ੁਰਗ ਬੈਠੇ, ਸਾਰੇ ਮੋਹਤਵਰ ਬੈਠੇ ਹੈ, ਵਿਸ਼ੇਸ਼ ਤੌਰ ਤੇ ਨੌਜਵਾਨ ਸਾਥੀ, ਅੱਜ ਦੇ ਜਿਹੜੇ ਸਾਡੇ ਮਹਿਮਾਨ ਹੈ, ਇਹਨਾਂ ਤੋਂ ਤੁਹਾਨੂੰ ਸਬਕ ਲੈ ਕੇ ਜਾਣ ਦੀ ਲੋੜ ਹੈ। ਉਹ ਕਿੱਦਾਂ, ਪਹਿਲੇ ਮਹਿਮਾਨ ਸਾਡੇ ਮਨੀਸ਼ ਤਿਵਾੜੀ ਜੀ, ਪਾਰਲੀਮੈਂਟ ਦੇ ਵਿੱਚ ਤੁਸੀਂ ਅਖਬਾਰਾਂ ਪੜ੍ਹਦੇ, TV ਦੇਖਦੇ, ਜੇ ਕਾਰਗੁਜ਼ਾਰੀ ਦੇ ਵਿੱਚ ਸਾਰੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਸਾਹਿਬਾਨ ਦੇ ਵਿੱਚ, ਜੇ ਕਾਰਗੁਜ਼ਾਰੀ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਜੇ ਕਿਸੇ ਦਾ ਪੂਰਾ ਹਿੰਦੁਸਤਾਨ ਦਿੰਦਾ ਹੈ, ਉਹ ਤਾਂ ਸਾਡੇ ਨੁਮਾਇੰਦੇ ਨੂੰ ਦਿੰਦਾ ਹੈ। ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਦੂਜੀ ਬੜੀ ਗੱਲ, ਜਿਹੜੇ ਸਾਡੇ ਵਿੱਚ ਮਨੀਸ਼ ਤਿਵਾੜੀ ਜੀ ਬੈਠੇ ਹੈ, ਇਹ ਸਾਡੇ ਤੁਹਾਡੇ ਵਾਂਗੂ ਆਮ ਇਨਸਾਨ ਦੇ ਵਜੋਂ ਕੰਮ ਕਰਦੇ ਹੈ। ਭਾਰਤ ਸਰਕਾਰ ਦੇ ਵਿੱਚ ਮੰਤਰੀ ਬਣਨ ਦੇ ਬਾਵਜੂਦ, ਉਸ ਤੋਂ ਪਹਿਲੇ NSUI ਦੇ ਜਿਹੜਾ ਸਾਡਾ ਛਾਤਰ ਸੰਗਠਨ ਹੈ,
ਆਲ ਇੰਡੀਆ ਦੇ ਪ੍ਰਧਾਨ ਰਹਿਣ ਦੇ ਬਾਵਜੂਦ, ਉਸ ਤੋਂ ਬਾਅਦ ਯੂਥ ਕਾਂਗਰਸ ਦੇ ਆਲ ਇੰਡੀਆ ਦੇ ਪ੍ਰਧਾਨ ਰਹਿਣ ਦੇ ਬਾਵਜੂਦ, ਫਿਰ ਮੈਂਬਰ ਪਾਰਲੀਮੈਂਟ, ਫਿਰ ਮੰਤਰੀ, ਫਿਰ ਮੈਂਬਰ ਪਾਰਲੀਮੈਂਟ, ਅੱਜ ਵੀ ਮਨੀਸ਼ ਤਿਵਾੜੀ ਜੀ ਸੁਪਰੀਮ ਕੋਰਟ ਦੇ ਵਿੱਚ ਵਕਾਲਤ ਕਰਦੇ ਹੈ। ਜਿੱਦਾਂ ਤੁਸੀਂ ਅਸੀਂ ਸਵੇਰੇ ਕੰਮ ਕਰਦੇ, ਦਿਹਾੜੀ ਤੇ ਜਾਂਦੇ ਜਾਂ ਦਫ਼ਤਰ ਜਾਂਦੇ, ਸ਼ਾਮ ਨੂੰ ਘਰ ਆਉਂਦੇ, ਉਹਦੇ ਨਾਲ ਰੋਜੀ ਰੋਟੀ ਚਲਾਉਂਦੇ, ਤਾਂ ਮਨੀਸ਼ ਤਿਵਾੜੀ ਜੀ ਮੰਤਰੀ ਬਣਨ ਤੋਂ ਬਾਅਦ ਵੀ ਆਪਣੀ ਵਕਾਲਤ ਦੇ ਨਾਲ ਆਪਣੇ ਘਰ ਦਾ ਖਰਚਾ ਤੋਰਦੇ ਆ। ਇਹ ਖਾਸ ਤੌਰ ਤੇ ਨੌਜਵਾਨਾਂ ਨੂੰ ਇਹ ਸਮਝਣ ਦੀ ਗੱਲ ਹੈ। ਉਸ ਤੋਂ ਬਾਅਦ ਜੋ ਗੱਲ ਕਰਦੇ ਆ, ਜੋ ਕਮਿਟ ਕਰਦੇ ਆ, ਉਹ ਪ੍ਰੂਵ ਕਰਦੇ ਆ, ਕਿਸੇ ਨੂੰ ਝੂਠਾ ਲਾਰਾ ਨਹੀਂ ਲਾਉਂਦੇ, ਕਿਸੇ ਨੂੰ ਗਲਤ ਪਾਸੇ ਨਹੀਂ ਪਾਉਂਦੇ। ਇਹ ਸਾਨੂੰ ਸਬਕ ਸਿੱਖਣ ਦੀ ਲੋੜ ਹੈ। ਦੂਜੀ ਸ਼ਖਸੀਅਤ ਸਰਦਾਰ ਵਰਿੰਦਰ ਸਿੰਘ ਢਿੱਲੋਂ ਜੀ, ਗਮੀਰਪੁਰ ਵਾਲੇ ਤਾਂ ਖਾਸ ਤੌਰ ਤੇ ਜਾਣਦੇ, ਜਦ ਤੁਹਾਡੇ ਨਿਆਣੇ ਤੇ ਤੁਹਾਡੇ ਮੁੰਡੇ ਤੇ ਜਦ ਜੇਲ੍ਹ 'ਚ ਡੱਕਣ ਲੱਗੇ ਤੇ ਤਾਂ ਚੱਟਾਨ ਵੱਲੋਂ ਕੌਣ ਖੜਿਆ? ਉਹ ਵਰਿੰਦਰ ਸਿੰਘ ਢਿੱਲੋਂ ਖੜਿਆ। ਇਸ ਬੰਦੇ ਨੇ ਰਾਜਨੀਤੀ ਦੇ ਵਿੱਚ ਫਾਇਦਾ ਨੁਕਸਾਨ ਨਹੀਂ ਦੇਖਿਆ। ਜਿੱਤਾਂ ਹਾਰਾਂ ਮੈਟਰ ਨਹੀਂ ਕਰਦੀਆਂ, ਜਿਹੜਾ ਕਿਰਦਾਰ, ਜਿਹੜਾ ਸਟੈਂਡ ਹੈ ਉਹ ਮੈਟਰ ਕਰਦਾ। ਉਸ ਕਿਰਦਾਰ ਦੀ, ਉਸ ਸਟੈਂਡ ਦੀ ਇੱਕ ਜੋ ਚੇਚੀ ਐਗਜ਼ਾਮਪਲ ਹੈ, ਉਹ ਸਰਦਾਰ ਵਰਿੰਦਰ ਸਿੰਘ ਢਿੱਲੋਂ ਦੇ ਰੂਪ ਦੇ ਵਿੱਚ ਸਾਡੇ ਕੋਲ ਬੈਠੀ ਹੈ। ਸਾਡੀ ਤੀਜੀ ਸ਼ਖਸੀਅਤ ਸ਼੍ਰੀ ਵਿਕਾਸ ਠਾਕੁਰ ਜੀ, ਮੈਂ ਸਪੈਸ਼ਲ ਰਿਕੁਐਸਟ ਕਰਕੇ ਇਹਨਾਂ ਨੂੰ ਨੈਣਾ ਦੇਵੀ ਗਿਆ ਵੀ ਭਾਜੀ ਤੁਸੀਂ ਸਾਡੇ ਚਰਨ ਜ਼ਰੂਰ ਪਾਣੇ। ਉਹਦਾ ਕਾਰਨ, ਜਦੋਂ ਪਿਛਲੀ ਸਰਕਾਰ ਸੀ, ਇੱਕ MLA ਔਰ ਉਹਦੇ ਪਰਿਵਾਰ ਦੇ ਲੋਕ, ਜੇ ਨੈਣਾ ਦੇਵੀ ਹਲਕੇ ਨੂੰ ਇੱਕ ਸੁਗਾਤ ਮਿਲੀ ਜੇ ਕੋਈ ਪ੍ਰੋਜੈਕਟ ਉੱਥੇ ਚੱਲੇ ਆ, ਤਾਂ ਪਰਿਵਾਰਕ ਮੈਂਬਰਾਂ ਨੇ ਔਰ ਪੰਜ ਚਾਰ ਚਮਚਿਆਂ ਨੇ ਸਿੰਡੀਕੇਟ ਬਣਾ ਕੇ ਸਾਰੇ ਕੰਮਾਂ ਕਾਰਾਂ ਤੇ ਕਬਜ਼ੇ ਕਰ ਲਏ। ਜਿੱਦਣ ਸਰਕਾਰ ਬਦਲੀ, ਇਹ ਸਾਡੇ ਨਾਲ ਦੇ ਇਲਾਕੇ ਦੇ ਲੋਕਾਂ ਦਾ ਬਦਕਿਸਮਤੀ ਕਹਿ ਲਓ ਵੀ ਸਿਰਫ 150 ਵੋਟ ਤੇ ਠਾਕਰ ਸਾਹਿਬ ਪਿੱਛੇ ਰਹਿ ਗਏ। ਠਾਕਰ ਸਾਹਿਬ ਨਹੀਂ ਪਿੱਛੇ ਰਹੇ, ਜਿਹੜਾ ਇਲਾਕਾ ਤਾ ਉਹਨੂੰ CM ਮਿਲਣਾ ਤਾ ਉਹ ਅਗਲੇ 10 ਸਾਲ ਪਿੱਛੇ ਪੈ ਗਿਆ। ਉਸ ਤੋਂ ਬਾਅਦ ਜਦੋਂ ਸਰਕਾਰ ਬਣੀ, ਵਿਕਾਸ ਜੀ ਨੇ ਉੱਚੇ ਉੱਚੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਕਿ ਮੇਰਾ ਪਹਿਲਾ ਕੰਮ, ਜਿਹੜਾ MLA ਔਰ ਉਹਦੀ ਸਿੰਡੀਕੇਟ ਨੇ ਕੰਮਾਂ ਕਾਰਾਂ ਰੋਜ਼ਗਾਰਾਂ ਤੇ ਕਬਜ਼ਾ ਕੀਤਾ, ਉਹਨੂੰ ਛਡਾਉਣਾ। ਉਹ ਕਬਜ਼ਾ ਛਡਾ ਕੇ ਇਹਨਾਂ ਨੇ ਆਪਣੇ ਇਲਾਕੇ ਦੇ ਜ਼ੋਨ ਵਾਈਜ਼, ਬੂਥ ਵਾਈਜ਼ ਜਿਹੜੇ ਨੌਜਵਾਨ ਬੇਰੋਜ਼ਗਾਰ ਘੁੰਮਦੇ ਤੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਫੜ ਫੜ ਕੇ ਕੰਪਨੀਆਂ ਦੇ ਵਿੱਚ ਐਡਜਸਟ ਕਰਾਇਆ ਔਰ ਲੋਕਾਂ ਨੂੰ, ਆਮ ਪਬਲਿਕ ਨੂੰ ਰੋਜ਼ਗਾਰ ਦਾ ਮੌਕਾ ਦਿੱਤਾ। ਸੋ ਅਜਿਹੀਆਂ ਸ਼ਖਸੀਅਤਾਂ ਸਾਡੇ ਵਿਚਕਾਰ ਬੈਠੀਆਂ ਹੈ, ਸਾਨੂੰ ਇਹਨਾਂ ਤੋਂ ਸਬਕ ਲੈਣ ਦੀ ਲੋੜ ਹੈ, ਇੱਥੋਂ ਇੱਕ ਸੁਨੇਹਾ ਘਰ ਲੈ ਕੇ ਜਾਣ ਦੀ ਲੋੜ ਹੈ, ਤਾਂ ਜੋ ਇਹਨਾਂ ਦੇ ਦੱਸੇ ਰਸਤੇ ਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਈਏ। ਔਰ ਇਹਨਾਂ ਸ਼ਖਸੀਅਤਾਂ ਦਾ ਮੈਂ ਅਰਦਾਸ ਕਰਦਾ ਕਿ ਸਾਡੇ ਤੇ ਇੱਦਾਂ ਹੀ ਆਸ਼ੀਰਵਾਦ ਰਵੇ, ਤਾਂ ਜੋ ਹਰ ਸਾਲ, ਹਰ 6 ਮਹੀਨੇ ਬਾਅਦ ਇੱਦਾਂ ਦੇ ਇਵੈਂਟ ਆਰਗਨਾਈਜ਼ ਕਰਕੇ ਅਸੀਂ ਜਿਹੜੀ ਨੌਜਵਾਨੀ ਪੰਜਾਬ ਦੀ, ਸਾਡੇ ਇਲਾਕੇ ਦੀ ਜਿਹੜੀ ਨੌਜਵਾਨੀ ਹੈ, ਉਹਨੂੰ ਚੰਗੇ ਰਸਤੇ ਪਾ ਸਕੀਏ। ਇੰਨਾ ਕੁਝ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਇੱਥੇ ਆਏ, ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਤੇ ਹੈ, ਮੈਂ ਰਿਣੀ ਹੈ। ਵਿਸ਼ੇਸ਼ ਤੌਰ ਤੇ ਸਾਡੀ ਪ੍ਰੈਸ ਅਨੰਦਪੁਰ ਸਾਹਿਬ ਤੋਂ ਵੀ ਆਏ ਹੈ, ਸੋਨੀ ਜੀ ਆਏ ਹੈ, ਸੁੱਖੂ ਜੀ ਆਏ ਹੈ, ਬਲਵਿੰਦਰ ਜੀ ਆਏ ਹੈ, ਨੰਗਲ ਤੋਂ ਸੁਖਵਿੰਦਰ ਜੱਜੀ ਜੀ ਆਏ ਹੈ। ਸਾਡੇ ਇਲਾਕੇ ਦੇ, ਸਾਡੇ ਢੇਰ ਦਾ ਨਾਂ ਸਵੇਰੇ ਅਖਬਾਰ 'ਚ ਹੁੰਦਾ, ਸ਼ਿਵ ਕੁਮਾਰ ਕਾਲੀਆ ਜੀ ਢੇਰ ਤੋਂ ਪੱਤਰਕਾਰੀ ਕਰਦੇ ਹੈ, ਉਹ ਵੀ ਉੱਚੇ ਉੱਚੇ ਤੌਰ ਤੇ ਸਾਡੇ ਤੇ ਪਹੁੰਚੇ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਾਡੇ ਇਲਾਕੇ ਦੀ ਆਵਾਜ਼
ਕਿਸੇ ਵੀ ਟੂਰਨਾਮੈਂਟ ਚਲ ਜਾਈਏ, ਖੇਡ ਮੇਲੇ ਚਲ ਜਾਈਏ, ਦਿਲ ਖੁਸ਼ ਹੋ ਜਾਂਦਾ। ਪੰਜਾਬ ਦੇ ਜਿਹੜੇ ਮਰਜ਼ੀ ਕੋਨੇ 'ਚ ਜਾਈਏ, ਸਾਡੇ ਸੰਜੂ ਪੰਡਿਤ ਜੀ ਇਹਨਾਂ ਦੀ ਆਵਾਜ਼ ਉੱਥੇ ਗੂੰਜਦੀ, ਮਨ ਨੂੰ ਖੁਸ਼ੀ ਹੁੰਦੀ ਕਿ ਸਾਡੇ ਅਨੰਦਪੁਰ ਸਾਹਿਬ ਦਾ ਇੱਕ ਨੌਜਵਾਨ ਸਾਡੀ ਆਵਾਜ਼ ਬਣ ਕੇ ਪੂਰੇ ਪੰਜਾਬ 'ਚ ਗੂੰਜ ਰਿਹਾ ਹੈ। ਇਹਨਾਂ ਦਾ ਵੀ ਧੰਨਵਾਦ ਕਰਦਾ। ਕੁਛ ਗਲਤ ਕਹਿ ਗਿਆ ਹੋਵਾਂ ਤਾਂ ਖਿਮਾ ਦਾ ਜਾਚਕ ਹੈ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜੈ ਹਿੰਦ। ਬਹੁਤ ਤਾੜੀਆਂ ਘੱਟ ਵੱਜੀਆਂ ਕਿਉਂਕਿ ਡਾਕਟਰ ਸਾਹਿਬ ਕਰਨਾ ਬਹੁਤ ਕੁਝ ਚਾਹੁੰਦੇ ਆ ਇਲਾਕੇ ਵਾਸਤੇ, ਪਰ ਤਾੜੀਆਂ ਘੱਟ ਵੱਜੀਆਂ। ਬਹੁਤ ਬਹੁਤ ਧੰਨਵਾਦ ਹੈ ਸਾਡੇ ਡਾਕਟਰ ਅਸ਼ੋਕ ਸ਼ਰਮਾ ਜੀ, ਜਿੱਥੇ ਘੱਟ ਉਮਰ ਦੇ ਵਿੱਚ ਇੱਕ ਵੱਡਾ ਤਜਰਬਾ ਰੱਖਦੇ, ਰਾਜਨੀਤਿਕ ਤੌਰ 'ਤੇ ਚੱਲਦੀ ਹੈ ਗੱਲ, ਪਰ ਉੱਘੇ ਸਿਆਸਤਵੀ ਦੇ ਤੌਰ 'ਤੇ ਜਾਣੇ ਜਾਂਦੇ ਆ। ਸਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਟੂਰਨਾਮੈਂਟ, ਭਾਵੇਂ ਕਬੱਡੀ, ਕ੍ਰਿਕਟ, ਛਿੰਝ ਮੇਲੇ, ਭਾਵੇਂ ਜਾਗਰਣ ਹੋਣ, ਦਿਲ ਖੋਲ੍ਹ ਕੇ ਸਹਿਯੋਗ ਦਿੰਦੇ ਆ। ਬਹੁਤ ਬਹੁਤ ਧੰਨਵਾਦ। ਤਾਂਹੀਓ ਆ ਜਿਹੜਾ ਠਾਠਾ ਮਾਰਦਾ ਘੱਟ ਸਾਡੇ ਨੌਜਵਾਨਾਂ ਦਾ ਪੁੱਜਿਆ, ਭਾਵੇਂ ਨੂਰਪੁਰ ਬਲੋਕ 'ਤੇ ਪੁੱਜਿਆ, ਸਾਡੇ ਜਸਵੀਰ ਸੈਣੀ ਜੀ ਪੁੱਜੇ ਆ, ਰਾਜਕੁਮਾਰ ਸੈਣੀ ਜੀ ਪੁੱਜੇ ਆ, ਔਰ ਸਾਡੇ ਵਿਸ਼ਾਲ ਜੀ ਸ਼ਰਮਾ ਜੀ ਮੈਡੀਕਲ ਸਟੋਰ ਵਾਲੇ ਪੁੱਜੇ ਆ। ਬਹੁਤ ਬਹੁਤ ਧੰਨਵਾਦ। ਔਰ ਕਿਉਂਕਿ ਸਮਾਂ ਘੱਟਦਾ ਜਾ ਰਿਹਾ, ਕਿਉਂਕਿ ਬੱਚੇ ਹਿਮਾਚਲ, ਪੰਜਾਬ, ਹਰਿਆਣੇ ਤੋਂ ਬੜੀ ਦੂਰ ਦੂਰ ਤੋਂ ਆਏ ਆ, ਉਹਨੇ ਵਾਪਸ ਵੀ ਜਾਣਾ, 5 ਕਿਲੋਮੀਟਰ ਰੇਸ ਹੋ ਕੇ ਆਉਣੀ ਹੈ। ਔਰ ਮੈਂ ਬਹੁਤਾ ਸਮਾਂ ਨਹੀਂ ਲੈਂਦਾ, ਔਰ ਬੇਨਤੀ ਕਰ ਰਿਹਾ ਸਾਡੇ ਹਿਮਾਚਲ ਦੀ ਆਨ ਬਾਨ ਸ਼ਾਨ, ਸਾਡੇ ਵਿਕਾਸ ਠਾਕੁਰ